ਨਾਲ ਕਹਿੰਦੇ ਭਿੰਦਾ ਪਵਾਰਾ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ। ਅੱਜ ਦਾ ਬਲੌਗ ਹੈਗਾ ਜੀ ਪਹਿਲਵਾਨ ਹੁਣੀ ਚੱਲੇ ਆ ਬਾਰਬੀਕਿਊ ਨੇਸ਼ਨ ਭੁੱਖ ਮਾਰੀ ਫਲਾਉਣ ਤੇ ਬਾਕੀ ਕੀ ਕਰਨਾ ਉੱਥੇ ਖਾਣਾ ਹੀ ਆ ਹੈ ਚੱਲੂ ਉਡੰਬਾ ਤੇਰੇ ਹਾਰ ਪਵਾ ਕੇ ਲੈ ਕੇ ਜਾਣੇ ਆਹ ਦੇਖ ਲਾ ਕਹਿੰਦੇ ਉਹ ਨੀ ਮੇਲਾ ਮਿਲ ਰਿਹਾ ਭਾਜੇ ਇੱਧਰ ਆਓ ਆਹ ਪਵਾਓ ਹਾਰ ਪਹਿਲਾਂ ਇਹ ਹੋਰ ਪਵਾਓ ਹੋਰ ਪੰਜ ਸੱਤ ਹਾਰ ਪਵਾਓ ਫਿਰ ਲੈ ਕੇ ਜਾਣਾ ਹੈ ਵੱਡੇ ਆ ਇਹ ਨਾ ਹੋਵੇ ਲੋਕ ਦਹਾਂ ਦਹਾਂ ਦਾ ਮੱਥਾ ਟੇਕ ਕੇ ਤੇ ਪੈਰੀ ਹੱਥ ਲਾਉਣ ਲੱਗ ਪੈਣ ਇਹ ਕਹਿਣਾ ਬਾਬਾ ਕਿਹੜਾ ਇਹ ਅੰਨਾ ਬਾਬਾ ਕਿਹੜਾ ਆ ਗਿਆ ਲਓ ਜੀ ਹੋਰ ਆਉਣ ਚ ਬਹੁਤ ਆ ਇੰਨੇ ਕੁ ਭਲਵਾਨ ਇਹਦੇ ਪਹਿਲਾਂ ਦੋ ਗੇੜੇ ਦੇ ਦਾ ਇੱਕ ਦੇ ਹੋਰ ਕੀ ਪਾਉਣੇ ਬਸ ਹੋਰ ਤਾਂ ਨਹੀਂ ਪਾਉਣੇ ਹਾਰ ਇੱਦੀ ਜਾਣਾ ਉੱਥੇ ਪਤਾ ਲੱਗ ਜੂ ਹੋਰ ਅੱਜ ਭਲਵਾਨ ਨੀ ਇਹ ਮੋਹਰਾ ਨਸਲ ਦਾ ਝੋਟਾ ਅੱਜ ਪੂਛ ਖਿੱਚ ਕੇ ਛੱਡਣਾ ਉੱਧਰ ਮਸ਼ੀਦ ਵਾਲੇ ਚੱਲੂ ਹੜੰਬਾ ਹੈ ਚੱਲ ਫੇ ਆ ਜਾਓ ਫੇ ਇਦਾਂ ਬਹਿ ਜਾਓ ਕਹਿੰਦੇ ਗੱਡੀ 'ਚ ਤੇ ਚੱਲੀਏ ਅੱਜ ਕਹਿੰਦੇ ਬਾਰਬੀਕਿਊ ਨੇਸ਼ਨ ਐਬਸੋਲੂਟ ਕਹਦੇ ਫੇ ਐਬਸੋਲੂਟ ਹੈ ਐਬਸੋਲੂਟ ਬਾਰਬੀਕਿਊ ਨੇਸ਼ਨ ਬਾਰਬੀਕਿਊ ਨੇਸ਼ਨ ਅੱਗੇ ਐਬਸੋਲੂਟ ਹਾਂ ਪਹਿਲਵਾਨ ਹੁਣ ਕਹਿੰਦੇ ਮਾਡਲ ਟਾਊਨ ਦੀਆਂ ਗਲੀਆਂ 'ਚ ਵਾਰਾ ਪਸ ਵਾਂਗੂ ਫਿਰ ਰਹੇ ਆ ਪਹਿਲਵਾਨ ਅੱਜ ਕਹਿੰਦੇ ਇੱਦਾਂ ਹੀ ਜਾਣਾ ਹਾਰ ਪਾ ਕੇ ਬਾਕੀ ਇਹ ਤੂੰ ਸੁੱਖ ਧੱਕੇ ਮਾਰ ਕੇ ਬਾਹਰ ਨਾ ਕੱਢਣ ਤੈਨੂੰ ਮੋਹਰਾ ਨਸਲ ਦਾ ਝੋਟਾ ਆ ਕਰੋੜਾਂ ਚ ਮੁੱਲ ਪੈਣਾ ਕਰੋੜਾਂ ਚ ਜਾ ਕੇ ਦੇਖ ਲੈਂਦੇ ਉੱਥੇ ਜਾ ਤੇ ਨਾ ਬ੍ਰਾਂਚ ਬੰਦ ਕਰਾਈ ਹੈ ਨਾ ਤੂੰ ਤੇ ਤਾਂ ਕਹੀਂ ਭਲਵਾਨ ਅੱਜ ਉਹ ਗੱਡੀਆਂ ਵਾਲੇ ਹੱਥ ਦੇ ਹੀ ਜਾਂਦੇ ਸਾਰੇ ਤੇਰੇ ਵੱਲ ਦੇਖ ਕੇ ਯਾਨੀ ਕਿ ਇਸ ਹਿਸਾਬ ਨਾਲ ਖਾਣਾ ਆਉਣ ਵੇਲੇ ਗਿੱਟੇ ਤੇ ਪੌੜੀਆਂ ਟੱਟੀ ਨਾਲ ਲਿਬੜੀਆਂ ਹੀ ਹੋਣ ਠੀਕ ਆ ਸਾਰੇ ਉਹ ਦੇਖ ਲਾ ਤੇਰੇ ਵੱਲ ਹੀ ਦੇਖਦੇ ਆ ਇੱਧਰ ਇਹ ਕੀ ਚੱਕਰ ਆ ਪਤਾ ਲੱਗ ਗਿਆ ਉਹਨਾਂ ਨੂੰ ਭਲਵਾਨ ਆਇਆ ਹਨਾ ਹੈ ਓਏ ਲੱਗ ਗਿਆ ਪਤਾ ਮਰ ਜਾ ਦੱਸ ਦੇ ਫੇ ਅੰਕਲ ਨੂੰ ਸ਼ੀਸ਼ਾ ਖੋਲ ਕੇ ਦੱਸ ਦੇ ਤੂੰ ਮੈਂ ਆ ਗਿਆ ਵਾਂ ਆ ਗਿਆ ਤੂੰ ਆ ਗਿਆ ਉਹ ਦੇਖੀ ਮੋਹਰ ਵੀ ਸਾਰੇ ਨਿਆਣੇ ਪਚਾ ਲਓ ਤੂੰ ਭੁੱਖ ਜ਼ਿਆਦੀ ਲੱਗੀ ਆ ਦਿੱਲੀ ਦਾ ਖਾਧਾ ਆ ਤੂੰ ਆ ਕੇ ਕੁਛ ਨੀ ਖਾਧਾ ਤੇ ਅੱਜ ਹੜੰਬਾ ਚਲਾਉਣਾ ਤੂੰ ਬਾਰਬੀਕਿਊ ਨੇਸ਼ਨ ਠੀਕ ਆ ਕੀ ਖਾਣਾ ਕੀ ਆ ਜਾ ਕੇ ਜ਼ਿਆਦਾ ਹੈ ਪਹਿਲਵਾਨ ਮੋਹਰੇ ਵੀ ਸਾਰੇ ਜਨਤਾ ਤੇਰੇ ਵੱਲ ਹੀ ਦੇਖਦੇ ਤੇਰੇ ਵੱਲ ਹੀ ਕਹਿੰਦੇ ਪਹਿਲਵਾਨ ਦੀ ਟੌਹਰ ਆ ਭੰਗੜਾ ਪੈਂਦਾ ਹੀ ਆਵੇ ਤਾਂ ਉਹਨੂੰ ਭੰਗੜਾ ਪੈਂਦਾ ਹੀ ਜਿਹੜਾ ਢਿੱਡ 'ਚ ਹੈਗਾ ਮਾੜਾ ਮੋਟਾ ਪਚਾਲਾ ਇੱਥੇ ਪੈਸੇ ਫੇਰ ਪੂਰੇ ਹੋਣੇ ਆ ਇੱਧਰ ਲਓ ਜੀ ਪਹੁੰਚ ਗਏ ਕਹਿੰਦੇ ਭਲਵਾਨ ਹੁਣ ਬਾਰਬੀਕਿਊ ਨੇਸ਼ਨ ਤੇ ਵੜ ਜਾਓ ਲੈਫਟ 'ਚ ਤੇ ਐਨ ਜਾ ਕੇ ਕੀ ਕਰਨਾ ਗਾਹ ਪਾਉਣਾ ਤੂੰ ਕੋਈ ਗਾਹ ਹੋਰ ਪਹਿਲਾਂ ਤਾਂ ਜਾ ਕੇ ਤੈਨੂੰ ਕੀ ਉੱਧਰ ਮਿੱਠਾ ਮੁੱਠਾ ਛਕਾਈਏ ਜਾਂ ਕੁਛ ਉੱਦਾਂ ਮੀਟ ਪਹਿਲਾਂ ਮੱਛੀ ਲੈ ਜੀ ਇੱਧਰ ਆ ਗਏ ਇੱਧਰ ਲੈਫਟ ਕਿੱਥੇ ਰਹਿ ਗਈ ਲੱਗਦਾ ਲੈ ਕੇ ਨਹੀਂ ਜਾਣਾ ਇਹਨਾਂ ਨੇ ਦੂਸਰੀ ਮੰਜ਼ਿਲ ਤੇ ਖੜੀ ਆ ਭਲਵਾਨ ਇਹ ਕੀ ਚੱਕਰ ਆ ਆ ਗਈ ਹਾਂ ਲਾਸਟ ਵਾਲੇ ਤੇ ਕੀ ਕਹਿੰਦਾ ਠੀਕ ਆ ਜੀ ਚਲੋ ਆ ਜਾਓ ਵੜ ਜਾਓ ਦੇਖੀ ਓਏ ਬਾਬਾ ਜੀ ਰੁਕ ਜਾਓ ਬਾਬਾ ਜੀ ਆ ਜਾਓ ਜੈ ਹੋ ਬਾਬਾ ਜੀ ਜੈ ਹੋ ਕਿੰਨਵੇਂ ਫਲੋਰ ਤੇ ਆ ਮੱਛੀ ਭਰਾਉਣੀ ਜਾ ਕੇ ਠੀਕ ਆ ਜੀ ਅੱਜ ਮੱਛੀ ਖਾਣੀ ਆ ਹੁਣ ਚੱਲੇ ਜੀ ਕਹਿੰਦੇ ਬਾਰਬੀਕਿਊ ਕਨੈਕਸ਼ਨ ਖੁਸ਼ੀ ਆ ਇੰਨੀ ਇੰਨੀ ਖੁਸ਼ੀ ਕਾਹਦੇ ਆ ਤੈਨੂੰ ਅੱਜ ਅੱਜ ਹਰ ਕਿਹੜੀ ਖੁਸ਼ੀ ਚ ਪਾਏ ਆ ਕੱਢ ਕੇ ਦੱਸ ਖੁਸ਼ੀ ਹੋਣੀ ਲਗਾ ਮੂੰਗੀ ਮਸਰੀ ਖਾਣ ਵਾਲਿਆਂ ਨੂੰ ਅੱਜ ਮੱਛੀ ਮਿਲਣੀ ਅਨਲਿਮਿਟਡ ਜਿੰਨਾ ਮਰਜ਼ੀ ਖਾ ਤੂੰ ਅੱਜ
ਠੀਕ ਆ ਰਜਮਾ ਇਹਨਾਂ ਨੂੰ ਅਕਲ ਦੇ ਕੇ ਜਾਣੀ ਆ ਅਕਲ ਇਹ ਗਾਂ ਤੇਰੇ ਵਰਗੇ ਬੰਦੇ ਨੂੰ ਬਣਨ ਨਾ ਦੇਣ ਅੰਦਰ ਆ ਜਾ ਆ ਲੱਗਾ ਬ੍ਰਾਂਚ ਨੂੰ ਘਾਟਾ ਪੈਣ ਜੀ ਆ ਬੰਦ ਹੀ ਆ ਮੇਰੇ ਹਿਸਾਬ ਨਾਲ ਹਜੇ ਖਰੇ ਚਾਲੂ ਹੀ ਨਹੀਂ ਕੀਤਾ ਇਹਨਾਂ ਨੇ ਨਹੀਂ ਸਹੀ ਆ ਸਹੀ ਆ ਆ ਜਾਓ ਆ ਗਿਆ ਅੰਨ ਦਾ ਬੈਰੀ ਸਾਂਭ ਹੁੰਦਾ ਸਾਂਭ ਲਓ ਨਹੀਂ ਹੋਇਆ ਨੀ ਚਾਲੂ ਹਜੇ ਯਾਰ ਕਿੰਨੇ ਵਜੇ ਹੋਣਾ ਹੈ ਸੱਤ ਵਜੇ ਯਾਰ ਇਹ ਤਾਂ ਘੰਟਾ ਪਿਆ ਫਿਰ ਘੰਟਾ ਕਿੱਥੇ ਲੈ ਕੇ ਜਾਈਏ ਇਹਨੂੰ ਰੋਕਣਾ ਕਹਿੰਦੇ ਸਾਂਭ ਹੁੰਦਾ ਸਾਂਭ ਲਓ ਹੁਣ ਇਹਨੂੰ ਹੜੰਬਾ ਹੋ ਗਿਆ ਸ਼ੁਰੂ ਜੈਲੀਆਂ 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 ਆ ਹੋ ਜਾਣ ਜੈਲੀਆਂ ਭਲਵਾਨ ਓਏ ਨਹੀਂ ਨਹੀਂ ਖੁੱਲ੍ਹੀ ਖੁੱਲ੍ਹਾ ਹੀ ਆ ਖੁੱਲ੍ਹਾ ਹੀ ਆ ਖੁੱਲ੍ਹਾ ਹੀ ਹਾਂ ਹੌਲੀ ਓਏ ਹੌਲੀ 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 ਓਏ ਹੌਲੀ 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 ਤੈਨੂੰ ਦਿੰਦਾ ਰੁੱਕ ਜਾ ਤੈਨੂੰ ਦਿੰਦਾ ਰੁੱਕ ਜਾ ਰੁੱਕ ਜਾ ਓਲੇ ਯਾਰ ਆ ਡਿੱਗਦੀਆਂ ਹੀ ਬਹੁਤ ਆ ਕੋਈ ਨਹੀਂ ਆ ਚੱਕ ਲਾ ਯਾਰ ਕੋਈ ਨਹੀਂ ਸਾਫ਼ ਹੈ ਯਾਰ ਪਲੇਟ ਲੈ ਲਾ ਪਲੇਟ ਲੈ ਲਾ ਪਲੇਟ ਲੈ ਲਾ ਪਲੇਟ ਬਸ 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 ਹੜੰਬਾ ਹੋ ਜਾਵੇ ਕਿੱਥੇ ਗਈਆਂ ਜੈਲੀਆਂ ਕਿੱਥੇ ਗਈਆਂ ਅਸੀਂ ਤਾਂ ਸ਼ੁਰੂ ਹੀ ਹੋਏ ਆ ਅੱਗੇ ਬਹੁਤ ਕੁਛ ਆ ਹੋਰ ਹੜੰਬਾ ਚਾਲੂ ਇਹ ਸੁੱਕਾ ਹੜੰਬਾ ਹਜੇ ਸੁੱਕਾ ਇਹ ਸ਼ੁਰੂਆਤ ਹਜੇ ਦੰਦੇ ਚੈੱਕ ਕਰਦਾ ਇਹ ਵੀ ਕਿੱਦਾਂ ਵੀ ਹੋਰ ਤਾਂ ਨੀ ਨਾਲ ਨੂੰ ਤਾਂ ਨੀ ਲਾਉਣ ਦੀ ਲੋੜ ਹੋਰ ਗੁਰਦੀਪ ਜੀ ਚੱਕੋ ਲੈਗ 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 ਕਰ ਦਿਓ ਉਹਦੀ ਖਤਮ ਕਹਾਣੀ ਹੱਡੀ ਛੱਡ ਦੇ ਮੇਰਾ ਵੀਰ ਲੋ ਜੀ ਇਹ ਤਾਂ ਕਹਿੰਦੇ ਫਿਸ਼ ਆ ਗਈ ਆ ਭਲਵਾਨ ਹੁਣੇ ਲੱਗੇ ਹੜੰਬਾ ਚਲਾਉਣ ਕਿੱਥੇ ਗਏ ਕਿੱਥੇ ਗਏ ਕਿੱਥੇ ਗਏ ਹੱਥ ਨਾਲ ਅੱਜ ਕਹਿੰਦੇ ਕਾਲੇ ਪਾਣੀ ਉਹ ਮੋੜ ਨੂੰ ਖਤ ਕਿਸ਼ ਨੇ ਪਾਇਆ ਬਦਲਾ ਲੈ ਲਈ ਭਲਵਾਨ ਜੇ ਤੋਂ ਬਾਰਬੀਕਿਊ ਨੇਸ਼ਨ ਆਇਆ ਉਹ ਪੁਛਾਈਆਂ ਤਾਂ ਕੱਢਦੇ ਮੂੰਹ ਫੜੂੰਗਾ ਚੱਲ ਖਾ ਲਾ ਹੁਣ ਨਗਾ ਜਾ ਕੁਛ ਨੀ ਹੁੰਦਾ ਚੱਲਦਾ ਹੁਣ ਕਿਤੇ ਗਿਆ ਹੌਲੀ 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 ਪਲਵਾਨ ਹੌਲੀ 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 ਖਾਇਆ ਕਰ ਸਹੀ ਆ ਸਵਾਦ ਆ ਜੇ ਕੋਈ ਕਮੀ ਪੇਸ਼ੀ ਆ ਦੱਸ ਦੀਏ ਇਹਨਾਂ ਨੂੰ ਕੋਈ ਲੂਣ ਘੱਟ ਵਾ ਜਾਂ ਮਸਾਲਾ ਘੱਟ ਆ ਸਹੀ ਆ ਨਹੀਂ ਨਹੀਂ ਸਪਾਈਸੀ ਸਪੂਸੀ ਰਹਿਣ ਦੀ ਯਾਰ ਆਹ ਤਾਂ ਸੀ ਫੂਡ ਤਾਂ ਰਹਿਣ ਦੀ ਯਾਰ ਓਏ ਰਹਿਣ ਦੇ ਦੀਆਂ ਪੂਛਾਂ ਨੇ ਤੇਰੇ ਤੋਂ ਐਵੇਂ ਬਾਕੀ ਦੇ ਇਹਨੂੰ ਉਹ ਵਾਲਾ ਉਧਰਲੀਆਂ ਸੀਖਾਂ ਚੱਕ ਮੀਟ ਵਾਲੀਆਂ ਮੀਟ ਵਾਲੀਆਂ ਚੱਕ ਮੀਟ ਵਾਲੀਆਂ ਅੱਜ ਹੜੰਬਾ ਹੀ ਚੱਲੂ ਆਹ ਹਟਾ ਦੇ ਯਾਰ ਇਹ ਤਾਂ ਖਾਣਾ ਨੀ ਐਵੇਂ ਮੂੰਹ ਤੇ ਛਾਲੇ ਕਰਾਊਗੇ ਪਾਈਨਐਪਲ ਸਾਫ਼ ਤਾਂ ਹੀ ਸੱਟ ਦੇ ਮੂੰਹ ਚ ਵੱਡਾ ਪੂਰਾ ਪੂਰਾ ਹੀ ਹੈ ਆਹ ਮਸ਼ਰੂਮ ਚੱਕ ਲਾ ਮਸ਼ਰੂਮ ਮਸ਼ਰੂਮ ਆ ਦੇ ਪੇ ਇੱਧਰੋਂ ਹਾਂ ਮਸ਼ਰੂਮ ਨੀ ਖਾਣੇ ਓਨਲੀ ਮੀਟ ਬਸ ਆਹ ਤੇ ਮੀਟ ਹੀ ਆ ਮੱਛੀ ਚੱਕ ਲਾ ਫਿਰ ਲਓ ਜੀ ਕਿੱਥੇ ਗਏ ਆ ਸੀਖਾਂ ਭਰੀਆਂ ਪਈਆਂ ਸੀ ਅਸੀਂ ਤਾਂ ਚੱਕ ਕੇ ਲੈ ਗਏ ਕਿੱਥੇ ਗਿਆ ਮੀਟ ਆਹ ਵੀ ਮੀਟ ਹੀ ਆ ਆਹ ਵੀ ਮੀਟ ਹੀ ਆ ਲਓ ਕਿੱਥੇ ਗਿਆ ਜੇ ਬੰਦਾ ਭੁੱਖਾ ਰਹਿ ਗਿਆ ਤੁਹਾਡਾ ਚਾਰ ਪੰਜ ਜਾਣੇ ਇੱਥੇ ਆ ਜਾਓ ਮੇਰਾ ਵੀਰ ਇਕੱਠੇ ਹੀ ਲੱਗੋ ਇਹਨੂੰ ਥੋੜਾ ਹਜੇ ਹੜੰਬਾ ਹਜੇ ਹੋਇਆ ਨੀ ਪੂਰਾ ਕੋਟਾ ਦਿੱਲੀ ਦਾ ਦਾਦੇ ਕੁਛ ਨੀ ਖਾਧਾ ਤੂੰ ਮੈਂ ਤੇ ਅੱਜ ਐਨ ਹੜੰਬਾ ਹੀ ਚੱਲਣਾ ਕਸਰਾ ਨਾ ਕਰੋ ਇਹ ਤਾਂ ਧੱਕਾ ਕਰ ਰਹੇ ਆ ਆਹ ਕੀ ਯਾਰ ਇਹ ਤਾਂ ਚੁੰਦਾ ਪਿਆ ਕੁਛ ਕੀ ਲਾਇਆ ਇਹਨੂੰ ਹੈ
ਚਿਕਨ ਦੇ ਮਾੜਾ ਮੋਟਾ ਗੱਲੀ ਨੂੰ ਚੱਕੋ ਓਏ ਚੱਕੋ ਤੱਤਾ ਜ਼ਿਆਦਾ ਹੋ ਜਾਣਾ ਇਹ ਨਾਲੇ ਖਾਓ ਮੱਛੀ ਵਾਹ ਚਲੋ ਹੜੰਬਾ ਚੱਲ ਪਵੇ ਪੂਰਾ ਪੂਰੀ ਕਹਿੰਦੇ ਵੀਡੀਓ ਨਹੀਂ ਆਉਂਦੀ ਆਹ ਸੀਖਣ ਲੈ ਜਾ ਹੱਥ ਚਾਰਕ ਦਾ ਹੁਣੀ ਲੈ ਜਾ ਸੀਖਾਂ ਖੜਾ ਰਹਿ ਤੂੰ ਸੀਖਾਂ ਚੱਕਣ ਨੂੰ ਖੜਾ ਰਹਿ ਹੌਲੀ 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 ਭਲਵਾਨ ਹੌਲੀ ਇੱਥੇ ਹੀ ਆ ਕਾਲ ਨੀ ਪਿਆ ਕਾਲ ਨੀ ਪਿਆ ਭਲਵਾਨ ਦੇ ਪਲੇਟ ਚ ਰੱਖ ਦੇ ਪਾਈਨਐਪਲ ਪਲੇਟ ਚ ਰੱਖ ਦੇ ਹਾਂ ਕੱਢ ਦੇ ਦੋ ਕਸੀਖਾਂ ਕੱਢ ਦੇ ਪਾਈਨਐਪਲ ਦੀਆਂ ਹੋਰ ਲਵਾਓ ਖਤਮ ਬਸ ਖਤਮ ਅੱਜ ਬ੍ਰਾਂਚ ਬੰਦ ਕਰਾਉਣੀ ਤੁਹਾਡੀ ਬ੍ਰਾਂਚ ਬੰਦ ਕਰਾਉਣੀ ਬ੍ਰਾਂਚ ਹੜੰਬਾ ਰੁਕ ਗਿਆ ਯਾਰ ਲੈਗ ਪੀਸ ਪਲਵਾਨ ਲੈਗ ਪੀਸ ਚੱਕ ਗਿਆ ਤੇ ਆਹ ਐਨਕਾਂ ਲਾ ਦੇ ਤੈਨੂੰ ਤੰਗੀ ਆ ਰਹੀ ਆ ਇਹ ਉਹ ਲੈ ਤੂੰ ਭੈ ਜੋ ਉਹੀ ਕੰਮ ਕਰ ਦੇਣਾ ਇਹ ਤਾਂ ਚੱਕਦੇ ਚੱਕਦੇ ਕੰਮ ਨੂੰ ਲੈਗ ਪੀਸ ਆਵੇ ਲੈਗ ਪੀਸ ਅਟਕ ਗਏ ਹਜੇ ਚੱਲ ਖਾ ਲਾ ਪਹਿਲਾਂ ਖਾ ਲਾ ਪਾਚ ਲੈਂਦੇ ਹੌਲੀ ਹੌਲੀ ਖਾ ਹੌਲੀ ਹੌਲੀ ਅੱਜ ਇੱਦਾਂ ਰਵਾ ਕੇ ਜਾਣੇ ਬਾਰਬੀਕਿਊ ਨੇਸ਼ਨ ਵਾਲੇ ਉਨਾ ਚਿਰ ਨਹੀਂ ਨਿਕਲਣਾ ਜਿੰਨਾ ਚਿਰ ਧੱਕੇ ਨਾ ਪੈਣ ਤੈਨੂੰ ਠੀਕ ਆ ਹੈ ਠੀਕ ਆ ਠੀਕ ਆ ਜੀ ਹੋਰ ਆਵੇ ਕੁਛ ਢਿੱਡੀ ਢਿੱਡੀ ਭਰ ਗਈ ਪੂਰੀ ਚੱਲ ਫਿਰ ਹੋਰ ਨਹੀਂ ਖਾਣਾ ਜੇ ਢਿੱਡੀ ਭਰ ਗਈ ਤੇ ਠੀਕ ਆ ਇਹ ਰੱਖ ਦੀ ਯਾਰ ਬਸ ਬਹੁਤ ਆ ਬਹੁਤ ਕੀ ਕਰਨ ਲੱਗਾ ਉਹ ਚਮਚਮ ਮੂਹੇ ਪਾ ਕੇ ਰੱਖ ਲਿਆ ਉੱਧਰ ਨੂੰ ਹਾਂਜੀ ਭਲਵਾਨ ਜੀ ਕੀ ਖਾਣਾ ਓਕਟਪਸ ਉਹ ਖਰਗੋਸ਼ ਵੀ ਆ ਡੱਕ ਵਾ ਬੇਬੀ ਸ਼ਾਰਕ ਆ ਆਹ ਕੀ ਸਕੁਇਡ ਪਤਾ ਨਹੀਂ ਕੀ ਆ ਕੀ ਖਾਣਾ ਦੱਸ ਕਾਹਦਾ ਮੀਟ ਖਾਣਾ ਓਕਟਪਸ ਦੇਖੀਏ ਖਾ ਕੇ ਭਾਜੀ ਓਕਟਪਸ ਦਿਓ ਮੁੰਡੇ ਨੂੰ ਓਕਟਪਸ ਦਿਓ ਇਹਨੂੰ ਐਨ ਵਧੀਆ ਬਣਾ ਕੇ ਆਹ ਕੀ ਖੜਕਾਈ ਜਾਂਦੇ ਯਾਰ ਲੈ ਆਹ ਕੀ ਆਹ ਤਾਂ ਰਹਿਣ ਦੇ ਯਾਰ ਰਹਿਣ ਦੇ ਹੋਰ ਹੀ ਤਰ੍ਹਾਂ ਦਾ ਰਹਿਣ ਦੇ ਆਹ ਤਾਂ ਹੋਰ ਹੀ ਤਰ੍ਹਾਂ ਦਾ ਓਕਟਪਸ ਹੋਰ ਦੇ ਇਹਨੂੰ ਡੱਕ ਡੁੱਕ ਦੇ ਡੱਕ ਜਾਂ ਸ਼ਾਰਕ ਹਾਂ ਸ਼ਾਰਕ ਦੇ ਸ਼ਾਰਕ ਦੇ ਡੱਕ ਵੀ ਪਾ ਦੇ ਡੱਕ ਵੀ ਵਿੱਚ ਹੀ ਪਾ ਦੇ ਲੈ ਭਲਵਾਨ ਖਾ ਕੇ ਚੈੱਕ ਕਰ ਬਸ ਬਹੁਤ ਆ ਬਹੁਤ ਆ ਬਹੁਤ ਆ ਮੀਟ ਚੈੱਕ ਕਰੀ ਤੂੰ ਜਿੱਦਾਂ ਦਾ ਮਰਜ਼ੀ ਮੀਡੀਅਮ ਰੱਖ ਦੇ ਮੀਡੀਅਮ ਸਪਾਈਸੀ ਨਹੀਂ ਕਰਨਾ ਮੀਡੀਅਮ ਆ ਜਾ ਤੈਨੂੰ ਜਦ ਤੱਕ ਮੈਂ ਹਦਵਾਣਾ ਖਿਲਾ ਕੇ ਲਿਆਉਣਾ ਆ ਜਾ ਆ ਇਹ ਆ ਛਿਲਕ ਨਹੀਂ ਖਾਣੀ ਛਿਲਕ ਨਹੀਂ ਖਾਣੀ ਛਿਲਕ ਨਹੀਂ ਖਾਣੀ ਛਿਲਕ ਨਹੀਂ ਖਾਣੀ ਬਸ ਬਸ ਆਹ ਕੀ ਕਰਤਾ ਕੰਮ ਤੂੰ ਇਹ ਤਾਂ ਕਿੱਦਣ ਕੋ ਵਾਲਾ ਕਰਦਾ ਆ ਜਾਓ ਫਿਰ ਇੱਦਾਂ ਦੀ ਗੱਲ ਬਣਨੀ ਆ ਜਾਓ ਇੱਧਰ ਬਣਨ ਲੱਗਾ ਮੀਟ ਵਿੱਚ ਬਣਾਉਣਾ ਕਿਹ ਚ ਯਾਰ ਇਹਦਾ ਮੀਟ ਕੱਚ ਬਣਾਉਣਾ ਭਗਵਾਨ ਦਾ ਲਾ ਤਾ ਗਰਮ ਹੁਣ ਚੱਲ ਲਾ ਦੇ ਫਿਰ ਛੇਤੀ ਲੱਗਾ ਜੀ ਕਹਿੰਦੇ ਮੀਟ ਤਿਆਰ ਹੋਣ ਉਹ ਬਾਲਤਾ ਉਹਦੇ ਅੱਗ ਬਾਲਤੀ ਆ ਮੀਟ ਤਿਆਰ ਹੋਣ ਲੱਗਾ ਤੇਰਾ ਕਿੱਦਾਂ ਹੈਗੀ ਐਕਸਾਈਟਡ ਆ ਤੁਸੀਂ ਡੱਕ ਖਾਣ ਨੂੰ ਐਕਸਾਈਟਡ ਕਿੰਨੇ ਕੁ ਤੂੰ ਮੇਰੇ ਕਹਿੰਦਾ ਬਾਰਬੀਕਿਊ ਨੇਸ਼ਨ ਵਾਲੇ ਨੇ ਬੰਦਾ ਖਾ ਜਾਣਾ ਹੋਰ ਤੈਨੂੰ ਨਾ ਕੁਛ ਲੱਭੇ ਉਹ ਮੇਰੇ ਵੱਲੋਂ ਟਿੱਕੀ ਗਿਫਟ ਤੈਨੂੰ ਟਿੱਕੀ ਗਿਫਟ ਵਾ ਮੇਰੇ ਵੱਲੋਂ ਨਹੀਂ ਮੀਟ ਇਹਨੂੰ ਰਹਿਣ ਦੇ ਫਿਰ ਨਹੀਂ ਮੀਟ ਓਨਲੀ ਮੀਟ ਜੀ ਟਿੱਕੀ ਹੋਣੀ ਆਲੂ ਉਲੂ ਨਹੀਂ ਪਸੰਦ ਭਲਵਾਨ ਨੂੰ ਆਹ ਚੱਲੀ ਡੱਕ ਜੀ ਅੰਦਰ
ਜਾ ਕੇ ਬੋਲੂ ਕਹਿੰਦੇ ਰੈੱਡ ਚ ਹੌਲੀ 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 ਆ ਗਈ ਡੱਕ ਅੰਦਰ ਆ ਲਓ ਜੀ ਬਸ ਖਤਮ ਫਿਨਿਸ਼ ਭਲਵਾਨ ਆ ਕੀ ਕਰੀ ਜਾਂਦਾ ਚਟਨੀ ਖਾਈ ਜਾਂਦਾ ਤੂੰ ਤਾਂ ਹੈਂ ਸਵਾਦ ਹੀ ਬਹੁਤ ਹੈ ਸਵਾਦ ਜ਼ਿਆਦੀ ਆ ਠੀਕ ਆ ਖਾ ਲਾ ਕੋਈ ਨੀ ਕੌੜਾ ਸੀ ਮੀਟ ਕੌੜਾ ਸੀ ਫਿੱਕਾ ਸੀ ਫਿੱਕਾ ਸੀ ਹੈਂ ਉਹ ਕਦੇ ਬਤਕ ਨੂੰ ਲੱਗਦਾ ਭੁੱਖੀ ਹੋਣੀ ਆ ਬਤਕ ਤਾਂ ਫਿੱਕਾ ਸੀ ਬਤਕ ਭੁੱਖੀ ਹੋਣੀ ਆ ਨਹੀਂ 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 ਚਿਕਨ ਹੁਣ ਨਹੀਂ ਹੁਣ ਖਤਮ ਬਸ ਹੁਣ ਖੀਰ ਖੂਰ ਪਚਾ ਲਿਓ ਜੇ ਬਚਾ ਹੁੰਦੀ ਤੁਹਾਡੇ ਕੋਲ ਰਾਤ ਮਲਾਈ ਚੱਲ ਹੋ ਜਾਵੇ ਡੰਬਾ ਸ਼ੁਰੂ ਖਤਮ ਕਹਾਣੀ ਖਤਮ ਖਤਮ ਇਹ ਸਵੇਰ ਨੂੰ ਵੀ ਸਾਫ ਤੇ ਨਿਕਲਣ ਜਿੱਦਾਂ ਖਾਧੇ ਇੱਦਾਂ ਹੀ ਆਉਣ ਚੱਕੋ ਖਤਮ ਆ ਚੱਕ ਮੂੰਹ ਸਾਫ ਖਾਧਾ ਹੀ ਕੁਛ ਨਹੀਂ ਤੂੰ ਕਹੀ ਤਾਂ ਉੱਦਾਂ ਹੀ ਬੈਠੇ ਆ ਉਦੋਂ ਦੇ ਭਰੀਆਂ ਪਈਆਂ ਸੀ ਅਸੀਂ ਤਾਂ ਚੱਕ ਹੀ ਲੈ ਗਏ ਇਹ ਹੁਣੇ ਮੁੱਕੀ ਜਾਂਦਾ ਸੀ ਤਾਂ ਕੰਮ ਸ਼ੁਰੂ ਹੀ ਹੋਇਆ ਆ ਵੀ ਮੀਟ ਹੀ ਆ ਆ ਵੀ ਮੀਟ ਹੀ ਆ ਲਓ ਚੱਕ ਜੀ ਉਹ ਆ ਜਾਓ ਯਾਰ ਪੈਸੇ ਨਹੀਂ ਦੇਣੇ ਆ ਇਹ ਜੇ ਬੰਦਾ ਭੁੱਖਾ ਰਹਿ ਗਿਆ ਤੁਹਾਡਾ ਆ ਚਾਰ ਪੰਜ ਜਣੇ ਇੱਥੇ ਆ ਜਾਓ ਮੇਰਾ ਵੀਰ ਇਕੱਠੇ ਹੀ ਲੱਗੋ ਇਹਨੂੰ ਯਾਰ ਕੀ ਖਿਲਾਈਏ ਹੁਣ ਹੈ ਹੀ ਕੁਛ ਨਹੀਂ ਇੱਥੇ ਪਿਆ ਲੈ ਓ ਨਹੀਂ 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 ਇਹ ਪਾਪ ਨਹੀਂ ਕਰਨਾ ਹਾ ਹਾ ਭਾਜੀ ਹੈ ਨੀ ਕੁਛ ਯਾਰ ਲਿਆਓ ਮੇਰਾ ਵੀਰ ਕੱਲ ਦਾ ਤਾਂ ਭੁੱਖਾ ਮਾਰਿਆ ਪਿੰਦੇ ਨੇ ਦਿੱਲੀ ਲਿਜਾ ਕੇ ਅੱਜ ਕਸਰਾਂ ਕੱਢਣੀਆਂ ਉਹ ਹੈ ਹੈਂ ਕਿੰਨਾ ਕੁ ਖਿਲਾਇਆ ਸੀ ਸਾਡਾ ਕੇ ਐਫ ਸੀ ਬਰਗਰ ਲਓ ਜੀ ਲਾਟ ਹੜੰਬਾ ਚੱਲਾ ਮਰ ਜਾਓ ਪਲੇਟਾਂ ਫੜਨੀਆਂ ਪੈਣੀਆਂ ਪਲੇਟਾਂ ਖਾਣੀਆਂ ਪੈਣੀਆਂ ਲੋ ਹਨ ਰਸ ਮਲਾਈ ਹੋ ਜਾਵੇ ਫਿਰ ਥੋੜੀਆਂ ਹੀ ਆ ਪਲੇਟਾਂ ਕਰੋ ਜੀ ਕਰ ਦਿਓ ਸ਼ੁਰੂ ਇੱਕ ਹੱਥ ਨਾਲ ਪਲੇਟਾਂ ਫੜੀ ਆ ਇਹਦੇ ਉੱਤੇ ਰੱਖੀ ਆ ਟਕਾਈ ਆ ਥੱਲੇ ਨਾ ਸੈਟਰੀ ਹੌਲੀ 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 ਕੱਪੜੇ ਨਾ ਗੰਦੇ ਕਰ ਹੌਲੀ 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 ਖਰਾਬ ਕਰਨਾ ਸੀਗਾ ਤੁਸੀਂ ਹੋਰ ਦੇਖੋ ਪੈਸੇ ਹੋਏ ਪੂਰੇ ਖਤਮ ਖਤਮ ਦੋ ਰਹਿ ਗਈਆਂ ਦੋ ਚੱਕਦੇ ਚੱਕਦੇ ਆ ਜੈਲੀ ਜੀ ਵੀ ਉੱਤੋਂ ਵੀ ਰਗੜਦੇ ਕੁਛ ਉੱਤੋਂ ਵੀ ਆ ਉੱਤੋਂ ਆ ਉੱਤੋਂ ਐਵੇਂ ਯਾਰ ਬਹੁਤ ਲੋਕ ਖਰਾਬ ਹੋਣੇ ਸੀ ਬਹੁਤ ਭਲਾ ਸੋਚਦਾ ਆ ਜਾ ਚੱਲ ਬਸ ਕਰ ਚੰਗਾ ਲਵ ਯੂ ਕਹਿੰਦੇ ਹੁਣ ਇਹਨਾਂ ਨੂੰ ਧੰਨਵਾਦ ਤੁਹਾਡਾ ਬੰਦਾ ਰਜਾਤਾ ਸਾਡਾ ਚੰਗਾ ਭਾਜੀ ਥੈਂਕ ਯੂ ਤੂੰ ਮੇਰੀ ਗੱਲ ਹੁਣ ਰੱਜ ਕੇ ਖਾ ਤਾਂ ਲੈਂਦਾ ਤੂੰ ਭੁੱਖਾ ਹੀ ਆ ਗਿਆ ਹੈਂ ਹੁਣ ਘਰੇ ਜਾ ਕੇ ਰੋਟੀ ਖਾਊਂਗਾ ਕਿੰਨੀਆਂ ਖਾਣੀਆਂ ਸੱਤ ਅੱਠ ਰੋਟੀਆਂ ਪਿੰਦੇ ਕਹਿੰਦਾ ਮੈਂ ਘਰੇ ਜਾ ਕੇ ਸੱਤ ਅੱਠ ਕੁ ਰੋਟੀਆਂ ਖਾ ਲਊਂਗਾ ਹੁਣ ਓਏ ਖਾ ਜ਼ਿਆਦਾ ਲਿਆ ਜੀ ਭਲਵਾਨ ਹੋਣਾ ਨੇ ਹੁਣ ਕਹਿੰਦਾ ਰੱਸੀ ਟੱਪਣੀ ਹੈ ਆਹ ਚੱਕੋ ਭਲਵਾਨ ਹੋ ਜਾਵੇ ਰੱਸੀ ਚੱਲ ਸਿੱਧੀ 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 ਗਾਹ ਨੂੰ ਆਹ ਕੀ ਤੂੰ ਤਾਂ ਪੈਰਾਂ 'ਚ ਫਸਾਈ ਜਾਂਦਾ ਦੋਨੇ ਇਕੱਠੇ ਜੰਪ ਮਾਰ ਦੇ ਇਕੱਠਾ ਇਕੱਠਾ ਪਹਿਲਾਂ ਲੋਕ ਜਾ ਇਕੱਠਾ ਜੰਪ ਮਾਰ ਇਕੱਠਾ ਨਹੀਂ ਨਹੀਂ ਇਕੱਠਾ ਨਹੀਂ ਵੱਜਦਾ ਜੰਪ ਦੇ ਤੂੰ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ 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 ਹੋ ਕੇ ਪੂਰਾ ਨਹੀਂ ਆਉਂਦਾ ਕੈਮਰੇ 'ਚ ਹਾਂ ਜੰਪ ਮਾਰ ਪਹਿਲਾਂ ਰੱਸੀ ਸਿੱਟਿਆ ਕਰ ਬਾਅਦ 'ਚ ਜੰਪ ਮਾਰਨਾ ਜਦੋਂ ਥੱਲੇ ਵੱਜੀ ਰੱਸੀ ਉਦੋਂ ਜੰਪ ਮਾਰਨਾ
ਪਹਿਲਾਂ ਨੀ ਮਨ ਹਾਂ ਏਦਾਂ ਹਾਂ ਚੱਲ ਚੱਲ ਤੈਨੂੰ ਰੱਸੀ ਟੱਪਣੀ ਸਿਖਾਈਏ ਹਾਂ ਏਦਾਂ ਪਿੱਛੇ ਹੋ ਕੇ 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 ਖਾ ਜ਼ਿਆਦਾ ਲਿਆ ਬਾਰਬੀਕਿਊ ਨੇਸ਼ਨ ਭਲਵਾਨ ਹੋਣਾ ਨੇ ਭਾਜੀ ਤੂੰ ਟੱਪ ਇਹ ਨਾਲ ਓਦਾਂ ਝਾਫੇ ਪਵਾ ਇਹਦੇ ਰੱਸੀ ਦੇ ਨਾਲ ਚੱਲ ਝਾਫੇ ਪੈਣਗੇ ਦੇਖਿਓ ਹੁਣੇ ਜੇ ਪਚਣ ਲੱਗਾ ਸਭ ਕੁਛ ਮੀਟ ਮੂਟ ਲੱਗਾ ਪਚਣ ਨਾਲ ਹੀ ਰੱਸੀ ਦੇ ਨਾਲ ਦੀ ਨਾਲ ਝਾਫੇ 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 ਤੇਜ 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 ਭਲਵਾਨ 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 ਚੱਲ 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 ਏਦਾਂ ਨੀ ਮੱਛੀ ਭਜਣੀ ਰੱਸੀ ਦੇ ਨਾਲ ਤੇਜ ਆ ਲੈ ਪਟਾਕੇ ਮਾਰੀ ਜਾਂਦਾ ਕੋਈ ਚੱਲ 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 ਭਲਵਾਨਾ ਚੱਲ ਨਹੀਂ ਰੀਸਾਂ ਤੇਰੀਆਂ ਚੱਲ 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 ਨਹੀਂ ਨਹੀਂ ਹੈ ਨੀ ਕਪੈਸਿਟੀ ਹਾਏ 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 ਟਿੱਡ ਦੇ ਕਿੱਧਰ ਨੂੰ ਜਾਂਦਾ ਗੋਡਾ ਲਾ ਕੇ ਚੱਲ ਆ ਜਾ ਲਾ ਮਾਰ ਜਾ ਐਕਸਰਸਾਈਜ਼ ਲਾ ਦੇ ਫਿਰ ਨਾਲ ਹੀ ਚੱਲ ਲੱਤ ਨਾਲ ਜੋੜ ਕੇ ਪਿਛਲੀ ਸਿੱਧੀ ਕਰ ਥੱਲੇ ਗੋਡਾ ਲਾ ਥੱਲੇ ਹੁਣ ਭਲਵਾਨ ਗੱਲ ਸੁਣ ਇੱਧਰ ਲੋਕਾਂ ਨੇ ਤੇਰੀ ਏ ਬੀ ਸੀ ਵੀ ਸੁਣ ਲਈ ਵਨ ਟੂ ਵੀ ਸੁਣ ਲਿਆ ਤੇ ਕਾਖਾ ਵੀ ਆਉਂਦਾ ਤੈਨੂੰ ਉਹ ਸੁਣਾ ਸੀ ਕਾਖਾ ਖਾ 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 ਹੀ ਆ ਤੇਰਾ ਤਾਂ ਗਾ ਗੂ ਹੈ ਨੀ ਗਾ ਬਸ ਖਾ 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 ਪੂਰੇ ਅੱਖਰ ਕਰ ਰਹੇ ਨੇ ਖਾ ਖਾ ਨਾ ਘਰ ਚ ਖਾ ਕੀ ਨਾ ਮਰ ਜਾ ਤੈਨੂੰ ਕਾਖਾ ਸੁਣਾ ਦੇ ਪੂਰਾ ਸੁਣਾ ਪੂਰਾ ਉੱਚੀ ਅੜਾੜਾ ਕਿੱਥੇ ਆ ਗਿਆ ਕਾਖਾ ਚ ਕਾ ਖਾ ਅੱਗੇ ਸਾਨੂੰ ਵੀ ਆਉਂਦਾ ਸਮਾਪਤ ਸਾਰੇ ਜਾਣੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾ ਭੁੱਖਾ ਤਾਂ ਨਹੀਂ ਰਹਿ ਗਿਆ ਤੂੰ ਮੇਰੇ ਖਿਆਲ ਨਾਲ ਖਾ ਪੀ ਲੈਣਾ ਸੀ ਕੁਝ ਉੱਥੇ ਭੁੱਖਾ ਰਹਿ ਜਾਣਾ ਤੂੰ ਘਰ ਹਜੇ ਖਾਣੀ ਆ ਰੋਟੀ ਕਿੰਨੀਆਂ ਹਜੇ ਹੋਰ ਇੰਨਾ ਕੁਝ ਖਾ ਕੇ ਹਜੇ ਕਸਰ ਆ ਸੱਤ ਅੱਠ ਰੋਟੀਆਂ ਹਜੇ ਹੋਰ ਖਾਣੀਆਂ ਜੀ ਭਲਵਾਨ ਕਹਿੰਦਾ ਬਾਕੀ ਕਰ ਲਿਓ ਚੈਨਲ ਸਬਸਕ੍ਰਾਈਬ ਮਿਲਦੇ ਆ ਫਿਰ ਅਗਲੇ ਬਲੌਗ ਚ ਭਲਵਾਨ ਹੋਣਾ ਨੇ ਵੀ ਰੋਟੀਆਂ ਮੋੜਤੀਆਂ ਜੀ ਕਹਿੰਦੇ ਕਿੱਦਾਂ ਅੱਜ ਭੁੱਖ ਨਹੀਂ ਆ ਕਾਹਦੇ ਸਲਾਬ ਤਾਂ ਨਹੀਂ ਪੈ ਗਈ ਮੀਂਹ ਕਰਕੇ ਫਿਰ ਪਿੱਤੇ ਚ ਸਲਾਬ ਤਾਂ ਨਹੀਂ ਪੈ ਗਈ ਤੇਰੇ ਆ ਗਿਆ ਕੜਾ ਇਹ ਆ ਗਿਆ ਚਮਚ ਦੂਸਰਾ ਇਹ ਆ ਗਿਆ ਤੀਸਰਾ ਆ ਗਿਆ ਚੌਥਾ ਆ ਗਿਆ ਪੰਜਵਾਂ ਆ ਛੇਵਾਂ ਆ ਸੱਤਵਾਂ ਆ ਹੈਗਾ ਅੱਠਵਾਂ ਆ ਗਿਆ ਨੌਵਾਂ ਤੇ ਛਾਪ ਲਾ ਦੇ ਛਾਪ ਡਿੱਗੇ ਆ ਦਸਵਾਂ ਆ ਗਿਆਰਵਾਂ ਬਸ ਖਤਮ ਬਾਟਾ ਖਾਲੀ ਆ ਦੇਖ ਲਓ ਕੱਡਾ ਕੋਲਾ ਵਾ ਹੱਥ ਚ ਵੀ ਨੀ ਆਉਣਾ ਇਹ ਤਾਂ ਤੇ ਬਾਰਾਂ ਚਮਚਿਆਂ ਚ ਬਾਰਾਂ ਸਕੂਪ ਖਾਧੇ ਪਲਵਾਨ ਰੁਕ 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 ਡੈਮ ਇੰਨਾ ਕਿੱਥੇ ਕਹਿੰਦਾ ਸਪਰਿੰਗ ਰੋਲ ਕਿੱਥੇ ਗਿਆ ਦਿਖਾ ਤਾ ਸਹੀ ਲੋਕਾਂ ਨੂੰ ਹੈ ਕੀ ਸੀ ਇਹਨਾਂ ਤਾਂ ਦਰਸ਼ਨ ਕਰਾ ਦੇ ਹੈ ਕੀ ਸੀ